ਅਸੀਂ ਅੱਜ ਜਿਹੜਾ ਇੱਥੇ ਭੰਡਾਰੀ ਪੁੱਲ 'ਤੇ ਪਹੁੰਚੇ ਹਾਂ ਜੀ। ਕੱਲ੍ਹ ਤੁਸੀਂ ਵੀਡੀਓ ਰਾਹੀਂ ਵੇਖਿਆ ਹੋਊਗਾ ਵੀ ਇੱਕ ਛੋਟਾ ਦੁਕਾਨਦਾਰ ਆ, ਇੱਕ ਉਹਦੀ 10x10 ਦੀ ਦੁਕਾਨ ਆ, ਅਤੇ ਉਹ ਕਰੋਨਾ ਕਾਲ ਦੇ ਵਿੱਚ ਉੱਜੜ ਗਿਆ ਵਾ, ਬਿਲਕੁਲ ਉੱਜੜਿਆ, ਪੈਰ 'ਚ ਕੋਈ ਦੋ ਰਾਵਾਂ ਨਹੀਂ ਆ। ਪਰ ਉਸ ਦੁਕਾਨਦਾਰ ਨੇ ਆਪਣੀ ਜਿਹੜੀ ਕੋਈ ਦੂਸਰੀ ਪ੍ਰੋਪਰਟੀ ਉਹ ਵੇਚ ਕੇ ਅਤੇ ਬੈਂਕ ਕੋਲ ਕਈ ਤਰ੍ਹਾਂ ਦੇ ਤਰਲੇ ਮਾਰੇ ਆ ਕਿ ਬੈਂਕ ਜਿਹੜਾ ਵਾ ਉਹ ਸਾਡੇ ਕੋਲ ਸਾਡੇ ਨਾਲ ਕਲੀਅਰ ਕਰ ਲਏ, ਸੈਟਲਮੈਂਟ ਕਰ ਲਏ। ਪਰ ਬੈਂਕ ਜਿਹੜੇ ਛੋਟੇ ਪ੍ਰਾਈਵੇਟ ਬੈਂਕ ਵਾ, ਉਹਨਾਂ ਨੇ ਇਹੋ ਜਿਹੀਆਂ ਜਿਹੜੀਆਂ ਆਪ ਹੁਦਰੀਆਂ ਕੀਤੀਆਂ ਵਾ, ਜਿਹੜੀਆਂ ਕਿ ਸਾਡੀ ਸਮਝ ਤੋਂ ਪਰੇ ਆ। ਉਹ ਜਿਹੜਾ ਬੈਂਕ ਵਾ ਉਹ ਵੱਡੀ ਪੱਧਰ 'ਤੇ ਨਾਲ ਜਿਹੜੀ ਆ ਇਹਨਾਂ ਦੀ ਫੌਜ ਲੈ ਕੇ, ਪੁਲਿਸ ਦੀ ਨਾਲ, ਤਹਿਸੀਲਦਾਰ ਨੂੰ ਲੈ ਕੇ, ਉਹਨਾਂ ਦੇ ਘਰ ਆ ਧਮਕੇ, ਉਹਨਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਧੂਹ ਘੜੀਸ ਕਰਕੇ ਬਾਹਰ ਕੱਢਿਆ ਗਿਆ। ਸਾਡੇ ਪਿੰਡ ਦਾ ਮਾਮਲਾ ਸਾਡੇ ਕੋਲ ਪਹੁੰਚਿਆ, ਅਸੀਂ ਵਿੱਚ ਪਹੁੰਚਿਆ, ਅਸੀਂ ਕਿਹਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਧੱਕੇਸ਼ਾਹੀ ਨਹੀਂ, ਬਹਿ ਕੇ ਗੱਲ ਕਰੋ। ਪਰ ਪ੍ਰਸ਼ਾਸਨ ਨੇ ਕੱਲ੍ਹ ਸਾਡੇ ਨਾਲ ਵੀ ਐਡੀ ਜ਼ਿਆਦਾ ਧੱਕਾ ਮੁੱਕੀ ਕੀਤੀ ਆ, ਜਿਹੜੀ ਸਾਡੀ ਸਮਝ ਤੋਂ ਪਰੇ ਸੀ। ਕਹਿਣ ਲੱਗੇ ਵੀ ਹਾਈਕੋਰਟ ਦਾ ਆਰਡਰ, ਅਸੀਂ ਕਿਸੇ ਦੀ ਗੱਲ ਨਹੀਂ ਸੁਣੀ। ਜਦੋਂ ਮੌਕੇ ਦੇ ਆਰਡਰ ਮੰਗੇ, ਇਹਨਾਂ ਕੋਲ ਨਿਕਲੇ ਵੀ ਨਹੀਂ। ਬਾਅਦ ਦੁਪਹਿਰ ਇਹਨਾਂ ਨੇ ਸਾਨੂੰ ਆਰਡਰ ਵਿਖਾਇਆ, ਆਰਡਰਾਂ ਦੇ ਵਿੱਚ ਤੁਹਾਨੂੰ ਤਰਾਸਦੀ ਵਿਖਾਉਣਾ ਵੀ 2 ਮਹੀਨੇ ਪਹਿਲਾਂ ਦੇ ਆਰਡਰ ਆਏ ਆ, ਲਾਸਟ ਵਾਲੇ 5 ਦਿਨਾਂ 'ਚ ਕਾਰਵਾਈ ਕਰ ਰਹੇ ਆ, ਤਾਂ ਕਿ ਜਿਹੜਾ ਦੁਕਾਨਦਾਰ ਆ ਉਹ ਦੁਬਾਰਾ ਕਦੇ ਅਪੀਲ ਵੀ ਨਾ ਕਰ ਸਕੇ। ਅਸੀਂ 12 ਵਜੇ ਤੋਂ ਲਾ ਕੇ 3 ਵਜੇ ਤੱਕ ਜਿਹੜਾ ਸਾਡਾ ਧਰਨਾ ਪ੍ਰਦਰਸ਼ਨ ਹੈ। ਸਾਡੀ ਮੰਗ ਇਹ ਹੈ ਵੀ ਜਿਹੜੇ ਇਹੋ ਜਿਹੇ ਛੋਟੇ ਬੈਂਕ ਵਾ, ਜਿਹੜੇ ਜਿਨ੍ਹਾਂ ਨੇ ਛੋਟੇ ਦੁਕਾਨਦਾਰਾਂ ਦੀਆਂ ਜਿਹੜੀਆਂ ਵਾ ਉਹ ਗਲੇ ਘੁੱਟੇ ਆ, ਉਹਨਾਂ ਦਾ ਜਿਹੜਾ ਵਾ ਪ੍ਰਾਪਰਟੀਆਂ ਸੀਜ਼ ਕੀਤੀਆਂ ਵਾ, ਅਤੇ ਕਰੋਨਾ ਕਾਲ 'ਚ ਜਿਹੜੇ ਦੁਕਾਨਦਾਰਾਂ ਨੂੰ ਸਗੋਂ ਰਾਹਤ ਦੇਣੀ ਚਾਹੀਦੀ ਆ, ਨਾ ਕਿ ਉਹਨਾਂ ਨੂੰ ਮਾਰਨਾ ਚਾਹੀਦਾ ਵਾ। ਜਿੰਨਾ ਚਿਰ ਤੱਕ ਇਹੋ ਜਿਹੇ ਬੈਂਕਾਂ ਦੇ ਉੱਤੇ ਨਕੇਲ ਨਹੀਂ ਕੱਸੀ ਜਾਂਦੀ, ਦੁਕਾਨਦਾਰਾਂ ਨੂੰ ਮੁੜ ਵਸੇਬਾ ਨਹੀਂ ਕਰਾਇਆ ਜਾਂਦਾ, ਉਹਨਾਂ ਚਿਰ ਤੱਕ ਜਥੇਬੰਦੀ ਹਮੇਸ਼ਾ ਇਹੋ ਜਿਹੇ ਦੁਕਾਨਦਾਰਾਂ ਦੇ ਹੱਕ ਦੇ ਵਿੱਚ ਖਲੋਂਦੀ ਰਹੂਗੀ। ਇਹ ਕੁਛ ਨਹੀਂ ਜੀ, ਐਵੇਂ ਇਹ ਮਾਨਯੋਗ ਹਾਈਕੋਰਟ ਦਾ ਹੁਕਮ ਦੇ ਦਿੱਤੇ, ਕੋਈ ਮਕਾਨ ਦੀ ਪੁਜੈਸ਼ਨ ਆ ਸ਼ਹਿਰ ਦੇ ਵਿੱਚ, ਇਹ ਉਹ ਕਹਿੰਦੇ ਆ ਕਿ ਨਹੀਂ ਹਾਈਕੋਰਟ ਦਾ ਹੁਕਮ ਜਿਹੜਾ ਨਹੀਂ, ਉਹ ਸਾਡਾ ਜੋ ਅਸੀਂ ਕਹਿੰਦੇ ਉਹ ਕਰੋ। ਉਹਦੇ 'ਚ ਵੇਖੋ ਜੀ, ਇਹ 'ਚ ਕੋਈ ਵੀ ਕਿਸੇ ਨੂੰ ਜਿਹੜਾ ਕਾਨੂੰਨ ਜਿਹੜਾ ਨਾ, ਜੋ ਉਹਦੇ ਮੁਤਾਬਕ ਕਾਰਵਾਈ ਹੁੰਦੀ, ਕਾਨੂੰਨ ਕਿਸੇ ਨੂੰ ਹੱਥ ਲੈਣ ਦੀ ਇਜਾਜ਼ਤ ਨਹੀਂ ਗੀ, ਅਤੇ ਇਹਨਾਂ ਨਾਲ ਸਾਡੀ ਗੱਲ ਚੱਲ ਰਹੀ ਹੈ, ਜਲਦੀ ਸੋਲਵ ਹੋ ਜਾਏ। ਉਹ ਕੁਛ ਨਹੀਂ ਜੀ, ਉਹ ਕੁਛ ਨਹੀਂ ਹੋਇਆ ਐਵੇਂ, ਨਹੀਂ ਜੀ ਕੋਈ ਗੱਲ ਨਹੀਂ।